ਆਪਾਂ ਭਾਜੀ ਹਰ ਇੱਕ ਨੂੰ ਪਤਾ ਕਿ ਅੱਜ ਕੱਲ ਕਈ ਦੁਨੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਐਸੇ ਭਾਜੀ ਜਿਨ੍ਹਾਂ ਨੇ ਕਦੀ ਕੇਕ ਨਹੀਂ ਖਾਧਾ ਹੋਣਾ ਹੈਗੇ ਆਪਾਂ ਦੇਖਿਆ ਨਾ। ਹਾਂਜੀ, ਅਨਮੋਲ ਕਵਾਤਰਾ ਬਾਰੇ ਤਾਂ ਸਾਰੇ ਹੀ ਜਾਣਦੇ ਹਨ। ਆਪਣੀ NGO ਦੁਆਰਾ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲਾ ਇਹ ਨੌਜਵਾਨ ਆਪਣੀ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਹੁਣ ਅਨਮੋਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਪੰਜਾਬੀ ਗਾਇਕੀ ਵਿੱਚ ਤੂਫਾਨ ਲਿਆ ਦਿੱਤਾ ਹੈ। ਦਰਅਸਲ ਅਨਮੋਲ ਨੇ ਇੱਕ ਪੰਜਾਬੀ ਗਾਇਕ ਜਸ ਮਾਨਕ ਦੀ ਇੱਕ ਲਾਈਵ ਦੌਰਾਨ ਚੰਗੀ ਲਾਹ ਪਾ ਕੀਤੀ। ਜਿਹੜਾ ਆਪਾਂ ਭਾਜੀ ਹਰ ਇੱਕ ਨੂੰ ਪਤਾ ਕਿ ਅੱਜ ਕੱਲ ਕਈ ਦੁਨੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਐਸੇ ਭਾਜੀ ਜਿਨ੍ਹਾਂ ਨੇ ਕਦੀ ਕੇਕ ਨਹੀਂ ਖਾਧਾ ਹੋਣਾ ਹੈਗੇ ਆਪਾਂ ਦੇਖਿਆ ਨਾ। ਸਾਰੀ ਦੁਨੀਆਂ ਨੂੰ ਇਹ ਗੱਲ ਪਤਾ, ਜੇ ਕੋਈ ਕਹੇ ਨਹੀਂ ਨਹੀਂ ਮੇਰੇ ਕੋਲ ਤਾਂ ਐਸੇ ਲੋਕੋ ਕੋ ਪਤਾ ਨਹੀਂ, ਮਤਲਬ ਝੂਠਾ ਫਰੇਬੀ ਹੈ ਹਨਾ। ਜਿਹੜੇ ਲੋਕ ਇੱਕ 400-500 ਲਾਈਕ ਪਿੱਛੇ ਜਾਂ ਆਪਣੀ ਫੋਕੀ ਟੋਰ ਪਿੱਛੇ ਜਾਂ ਇੰਪ੍ਰੈਸ ਕਰਨ ਪਿੱਛੇ ਕਿਸੇ ਨੂੰ ਵੀ, ਮੈਂ ਗੱਲ ਨਹੀਂ ਕਰੂੰਗਾ ਹੁਣ ਜ਼ਿਆਦਾ ਕੋਰੀ, ਕੁਛ ਵੀ ਕਰਨ ਵਾਸਤੇ ਜਿਹੜਾ ਤੁਸੀਂ ਕੇਕ ਖਰਾਬ ਕਰਦੇ ਹੋ, ਜਾਇਜ਼ ਗੱਲ ਹੈ ਭਾਜੀ ਕੇਕ ਖਰਾਬ ਕਰਨਾ? ਚਲੋ ਜਨਤਾ ਕੇਕ ਵੇਸਟ ਕਰ ਰਹੀ ਹੈ, ਗੱਲ ਥੋੜ੍ਹੀ ਜਿਹੀ ਸਮਝ ਆਉਂਦੀ ਹੈ, ਪਰ ਜਦੋਂ ਕੋਈ ਸੈਲੀਬ੍ਰਿਟੀ ਕੇਕ ਵੇਸਟ ਕਰਕੇ ਦਿਖਾਉਂਦਾ ਨਾ ਕਿ ਮੇਰੇ ਦੇਖੋ ਕਿੰਨੇ ਯਾਰ ਦੋਸਤ ਹੈ, ਬਈ 20 ਕੇਕ ਲੈ ਕੇ ਆਏ ਮੈਨੂੰ ਲਬੇੜਤਾ, ਉਹਨਾਂ ਚਵਲਾਂ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਫੋਲੋ ਲੱਖਾਂ ਲੋਕ ਕਰ ਰਹੇ। ਜੇ ਅੱਜ ਇੰਸਟਾਗ੍ਰਾਮ ਤੇ ਭਾਜੀ ਮੇਰੇ 2 ਲੱਖ ਫੋਲੋਵਰਸ ਹੈ, ਮੈਂ ਜੇ ਉੱਥੇ ਕੋਈ ਗਲਤ ਚੀਜ਼ ਪਾ ਰਿਹਾ, ਕਿੰਨੇ ਪਰਸੈਂਟ ਤੁਹਾਨੂੰ ਲੱਗਦਾ ਕਿ ਉਹ ਲੋਕ ਫੋਲੋ ਕਰਨਗੇ? ਤਾਂ ਇਹਨਾਂ ਨੂੰ ਅਕਲ ਨਹੀਂ ਆਉਂਦੀ ਭਾਜੀ ਸਿੰਗਰਾਂ ਐਕਟਰਾਂ ਨੂੰ ਕਿ ਜਿਹੜਾ ਤੁਸੀਂ ਚੰਗਾ ਦਾ ਕੀ ਦਿਖਾਉਣਾ ਯੂਥ ਨੂੰ? ਜਦੋਂ ਮੈਂ ਕਹਿੰਦਾ NGO ਨੂੰ ਪ੍ਰਮੋਟ ਕਰ ਦਿਓ ਤਾਂ ਦੰਦਲ ਪੈ ਜਾਂਦੇ ਆ, ਪਰ ਕੇਕ ਵੇਸਟੇ ਦੀ ਜਦੋਂ ਵੀਡੀਓ ਆਪ ਦਿਖਾਉਂਦੇ ਪੂਰਾ ਲਿਬੜੋ। ਇਸ ਵੀਡੀਓ ਤੋਂ ਬਾਅਦ ਅਨਮੋਲ ਨੇ ਇੱਕ ਵਾਰ ਫੇਰ ਲਾਈਵ ਹੋ ਕੇ ਪੰਜਾਬੀ ਗਾਇਕ ਸਿੰਘੇ ਬਾਰੇ ਵੀ ਗੱਲਬਾਤ ਕੀਤੀ ਤੇ ਸਿੰਘੇ ਦੀਆਂ ਸਿਫਤਾਂ ਕੀਤੀਆਂ। ਤੇ ਜੇ ਕਿਤੇ ਉਹ ਸੈਲੀਬ੍ਰਿਟੀ ਆ ਕੇ ਇਹ ਸਨੈਪਚੈਟ ਪਾਵੇ ਕਿ ਮੈਂ ਇਸ ਹਸਪੀਟਲ ਆ ਰਿਹਾ ਅਨਮੋਲ ਨੂੰ ਮਿਲਣ ਜਾਂ ਵੀ ਡੂਨੋਟ 'ਚ ਸੇਵਾ ਕਰਨ, ਕਿਆ ਉੱਥੇ ਉਹ ਕੋਈ ਦੁਨੀਆਂ ਦੇ ਵਿੱਚ ਐਸਾ ਕੋਈ ਸਿੰਗਰ ਹੋਊਗਾ? ਅੱਜ ਤੱਕ ਮੈਨੂੰ ਲੱਗਦਾ ਸੀ ਨਹੀਂ ਹੋਊਗਾ, ਪਰ ਆਹ ਭਾਜੀ ਨੇ ਸਾਬਤ ਕਰਤਾ। ਆ ਤੁਸੀਂ ਅੱਜ ਜਿੰਨੀ ਯੂਥ ਦੇਖ ਰਹੇ ਹੋ ਨਾ, ਅੱਜ ਪਹਿਲੀ ਵਾਰੀ ਇੰਨੀ ਯੂਥ ਆਈ ਹੋਣੀ ਆ ਅੱਜ ਜਿੰਨੀ ਤੁਸੀਂ ਆਹ ਦੇਖ ਰਹੇ ਹੋ। ਆ ਸਾਰੇ ਖੜੇ ਆ ਹੋਸਪਿਟਲ ਦੇ ਬਾਹਰ, ਇਹ ਕੋਈ ਅੱਜ ਖੜਾ ਨਹੀਂ ਹੈਗਾ, ਇਹ ਨਾ ਕੋਈ ਅੱਜ ਉਹ ਹੈਗਾ ਕਿ ਅਸੀਂ ਮਤਲਬ ਇਹਨਾਂ ਨੂੰ ਭਾਜੀ ਨਾਲ ਫੋਟੋ ਕਰਾਉਣ ਵਾਸਤੇ ਆਇਆ। ਜਦੋਂ ਭਾਜੀ ਇੱਥੇ ਹੋਸਪਿਟਲ ਦੇ ਬਾਹਰ ਸਾਡੇ ਕੋਲ ਆਏ ਤੇ ਭਾਜੀ ਦੀ ਗੱਡੀ ਸਾਰੇ ਮਤਲਬ ਭਾਜੀ ਦੇ ਫੈਨਸ ਨੇ ਘੇਰ ਲਈ ਫੋਟੋ ਕਰਾਉਣ ਵਾਸਤੇ, ਮਿਲਣ ਵਾਸਤੇ, ਭਾਜੀ ਨੂੰ ਬੁਲਾਉਣ ਵਾਸਤੇ। ਮੇਰੇ ਕੋਲ ਹੁਣ ਮਤਲਬ ਬੋਲਿਆ ਨਹੀਂ ਜਾਣਾ, ਮੈਂ ਭਾਜੀ ਉੱਥੇ ਸਾਰੇ ਖੜੇ ਸੀ, ਮੈਂ ਕਿਹਾ ਬਾਈ ਤੁਸੀਂ ਅੱਜ ਸਾਰੇ ਬਾਈ ਨੂੰ ਮਿਲਣ ਆਏ ਹੋ, ਜੇ ਭਾਜੀ ਨਾਲ ਫੋਟੋ ਕਰਾਉਣੀ ਹੈ ਇੱਕ ਸ਼ਰਤ ਹੈ। ਕਹਿੰਦੇ ਕੀ ਸ਼ਰਤ ਹੈ? ਮੈਂ ਕਿਹਾ ਲਾਈਨ ਬਣਾ ਲਓ, ਤੁਹਾਡੀ ਜੇਬ 'ਚ ਜਿੰਨੇ ਵੀ ਪੈਸੇ ਆ, ਮਰੀਜ਼ ਖੜਾ, ਜਿੰਨੇ ਪੈਸੇ ਆ 10 ਰੁਪਏ 20 ਰੁਪਏ ਪਹਿਲਾਂ ਦੇਣੇ ਪੈਣੇ ਮਰੀਜ਼ ਨੂੰ, ਫਿਰ ਫੋਟੋ ਕਰਾਉਣੀ ਪੈਣੀ। ਅਤੇ ਕਿਆ ਉਹ ਆਈਡੀਆ ਕਾਮਯਾਬ ਹੋਇਆ? ਕਿਸੇ ਨੇ 10 ਰੁਪਏ ਦਿੱਤੇ, ਕਿਸੇ ਨੇ 20 ਰੁਪਏ ਦਿੱਤੇ, ਕਿਸੇ ਨੇ 100, ਕਿਸੇ ਨੇ 200, ਕਿਸੇ ਨੇ 500, ਕਿਸੇ ਨੇ 1000 ਸੇਵਾ ਕਰਕੇ ਫੋਟੋ ਕਰਾਈ। ਮੈਨੂੰ ਲੱਗਦਾ ਦੁਨੀਆ 'ਚ ਇਸ ਤੋਂ ਪਹਿਲਾਂ ਤਾਂ ਨਹੀਂ ਭਾਜੀ ਕਦੀ ਆ ਹੋਇਆ ਹੋਊਗਾ, ਮਤਲਬ ਜੀਣ ਦਾ ਨਜ਼ਾਰਾ ਆ ਗਿਆ।